ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਮਨਿੰਦਰ ਸਿੰਘ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਕਿਸਾਨ ਵੀਰੋ, ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਇਸ ਕਰਕੇ ਬੰਦਾ ਪੈਸੇ ਨੂੰ ਨਹੀਂ ਵੇਖਦਾ, ਚੀਜ਼ ਦੀ ਕੀਮਤ ਹੁੰਦੀ ਹੈ। ਅਤੇ ਇਹ ਜੋ ਅੱਜ ਤੁਹਾਨੂੰ ਮੈਂ ਟਰੈਕਟਰ ਦਿਖਾਉਣ ਜਾ ਰਿਹਾ, ਇਹ 1982 ਤੋਂ ਲੈ ਕੇ ਅਤੇ 2010 ਦੇ ਦਸ਼ਕ ਤੱਕ ਬਹੁਤ ਗੀਤਾਂ 'ਚ ਵੀ ਆਇਆ ਅਤੇ ਕਿਸਾਨਾਂ ਨੇ ਖੇਤਾਂ ਵਿੱਚ ਵੀ ਇਹਦਾ ਪੂਰਾ ਜ਼ੋਰ ਅਜਮਾਇਸ਼ ਕੀਤੀ ਹੈ। ਜਿਹੜੇ ਬੰਦੇ ਦੀ ਚੜ੍ਹਾਈ ਦੀ ਗੱਲ ਹੁੰਦੀ ਸੀ ਤਾਂ ਉਹਦੇ ਫੋੜ ਦੀ ਗੱਲ, ਜਾਂ ਆਪਣੇ ਵਿਰਸੇ 'ਚ ਵੀ ਵੇਖੀਏ ਤਾਂ ਫੋੜ ਟਰੈਕਟਰ ਦੀ ਗੱਲ ਹੁੰਦੀ ਆਈ ਹੈ। ਸੋ ਅੱਜ ਮੈਂ ਤੁਹਾਨੂੰ ਮਿਲਾਉਣਾ ਆਪਣੇ ਕਿਸਾਨ ਵੀਰ ਨਾਲ, ਜਿਨ੍ਹਾਂ ਨੇ ਬਹੁਤ ਹੀ ਸ਼ੌਂਕ ਨਾਲ ਇਹਨੂੰ ਤਿਆਰ ਕਰਾਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਆਪਣਾ ਨਾਮ ਅਤੇ ਪਿੰਡ ਦੱਸਿਓ। ਨਾਮ ਨਿਸ਼ਾਨ ਸਿੰਘ ਹੈ ਜੀ। ਹਾਂਜੀ, ਪਿੰਡ ਨੇੜੇ ਲਾ ਕਲਾਂ। ਠੀਕ ਹੈ ਜੀ। ਹਾਂਜੀ, ਅਤੇ ਆਪਣਾ ਕੀ ਸ਼ੌਂਕ ਸੀ ਜਾਂ ਕੀ ਕਹਾਣੀ ਹੈ ਇਸ ਟਰੈਕਟਰ 'ਤੇ ਇੰਨਾ ਆਪਾਂ ਕਹਾਣੀ ਪੈਸਾ ਲਾਇਆ ਜੀ? ਹਾਂਜੀ, ਇਹਦੇ ਪਿੱਛੇ ਕਾਰਨ ਇਹ ਜੀ, ਬਾਪੂ ਦਾ ਰਾਈਟਰ ਸੀਗਾ। ਹਾਂਜੀ, ਅਤੇ 92 ਮਾਡਲ ਸੀ, ਅਤੇ ਬਾਪੂ ਚੱਲ ਵੱਸਿਆ ਜੀ 2 ਸਾਲ ਪਹਿਲਾਂ। ਠੀਕ ਹੈ। ਅਤੇ ਉਹਦੇ ਉਹੀ ਕਾਰਨ ਸੀਗਾ, ਸਿਰਫ ਇੱਕ ਯਾਦ ਵਜੋਂ ਵਾਪਸ ਲਿਆ, ਅਸੀਂ ਵੇਚ ਵੀ ਦਿੱਤਾ ਸੀ ਪਹਿਲਾਂ। ਠੀਕ ਹੈ ਜੀ। ਪਹਿਲੇ ਵੇਚ ਕੇ ਅਤੇ ਫਿਰ ਵੇਚ ਕੇ ਦੁਬਾਰੇ ਆਪਣੇ ਪਿੰਡ ਹੀ ਕਿਸੇ ਨੇ ਲਿਆ ਸੀਗਾ। ਠੀਕ ਹੈ ਜੀ। ਅਤੇ ਉਹ ਜਿਵੇਂ ਗੱਲ ਪਹੁੰਚਦੀ ਆ, ਹੌਲੀ ਹੌਲੀ ਆਪਣੇ ਕੋਲ ਗੱਲ ਪਹੁੰਚੀ ਅਤੇ ਆਪਾਂ ਵਾਪਸ ਲੈ ਲਿਆ। ਠੀਕ ਹੈ ਜੀ। ਹਾਂਜੀ, ਅਤੇ ਪਹਿਲੇ ਵੇਚਣ ਤੋਂ ਪਹਿਲੇ ਖਿਆਲ ਨਹੀਂ ਆਇਆ ਵੀ ਆਪਾਂ ਰੱਖੀਏ? ਵੇਚਣ ਤੋਂ ਪਹਿਲਾਂ ਜੀ ਕੋਈ ਇੱਦਾਂ ਦੀ ਉਹ ਨਹੀਂ ਸੀਗੀ, ਉਦੋਂ ਨਵੀਂ ਟੈਕਨੋਲੋਜੀ ਵੱਲ, ਜਿਵੇਂ ਆਪਾਂ ਹੋਲੈਂਡ ਲਿਆ ਸੀਗਾ 5500। ਹਾਂਜੀ ਹਾਂਜੀ ਹਾਂਜੀ। ਹਾਂ, ਪਰ ਉਹ ਚਲਾਇਆ, ਪਰ ਉਹ ਇਹਦੇ ਵਰਗਾ ਨਜ਼ਾਰਾ ਨਹੀਂ ਬਣਿਆ। ਨਜ਼ਾਰਾ ਨਹੀਂ। ਹਾਂ, ਸ਼ੁਰੂ ਤੋਂ ਚਲਾਉਂਦੇ ਆਏ ਹਾਂ, ਉਦੋਂ ਕਲੱਚ 'ਤੇ ਪੈਰ ਨਹੀਂ ਪਹੁੰਚਦੇ ਸੀ, ਉਦੋਂ ਤੋਂ ਚਲਾਉਣ ਲੱਗੇ ਹਾਂ। ਠੀਕ ਹੈ ਜੀ। ਅਤੇ ਇਹ ਜਿਹੀਆਂ ਕੀ ਖਾਸ ਗੱਲਾਂ ਜਿਹਨਾਂ ਕਰਕੇ ਤੁਸੀਂ ਅੱਜ ਵੀ ਇਹਨੂੰ ਸਜਾ? ਹੁਣ ਜੌਨ ਡੀਅਰ 5510 ਹੈ ਜੀ ਮੇਰੇ ਕੋਲ, ਪਰ ਜਿਹੜਾ ਸਵਾਦ ਇੱਥੇ ਬਹਿ ਕੇ ਆਉਂਦਾ ਉਹ ਉਹਦੇ 'ਤੇ ਨਹੀਂ ਆਉਂਦਾ, ਚਾਹੇ ਜਿੱਦਾਂ ਮਰਜ਼ੀ ਵੇਰੀਏ। 4-wheel ਵੀ ਚਲਾਇਆ, ਪਰ ਜੋ ਨਜ਼ਾਰਾ ਇਹਦੇ 'ਤੇ ਹੈ ਉਹ ਇਹਦੇ 'ਤੇ ਹੈ, ਜੋ ਇਹਦੀ ਬੜਕ ਹੈ ਉਹ ਇਹਦੀ ਹੈ। ਹਾਂ, ਆਪਾਂ ਬੜਕ ਵੀ ਵੇਖਾਂਗੇ ਹੁਣ ਟਰੈਕਟਰ ਦੀ, ਅਤੇ ਸਾਰੀਆਂ ਫੀਚਰਸ ਵੀ ਦੇਖਾਂਗੇ। ਅਤੇ ਇਹ ਵੀਰ ਕੋਲ ਸ਼ੁਰੂ ਦਾ ਟਰੈਕਟਰ ਜੋ ਕਾਪੀ ਹੈ ਉਹ ਵੀ ਸਾਂਭ ਕੇ ਰੱਖੀ ਗਈ ਹੈ, ਉਹ ਵੀ ਆਪਾਂ ਸਾਰੀ ਤੁਹਾਨੂੰ ਇੱਕ ਇੱਕ ਕਰਕੇ ਇਕੱਲੀ ਇਕੱਲੀ ਚੀਜ਼ ਦਿਖਾਉਣੇ ਆ। ਸੋ ਜੁੜੇ ਰਹੋ ਵੀਡੀਓ ਦੇ ਲਾਸਟ ਤੱਕ, ਅਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਆ ਜਾਓ ਜੀ। ਸੋ ਵੀਰ ਜੀ, ਆਪਾਂ ਕਿੱਥੋਂ ਤਿਆਰ ਕਰਾਇਆ ਇਸ ਟਰੈਕਟਰ ਨੂੰ, ਅਤੇ ਕੀ ਤੁਹਾਡੇ ਚੈਲੇਂਜ ਰਹੇ, ਅਤੇ ਕਿੰਨਾ ਖਰਚਾ ਵਗੈਰਾ ਆਇਆ, ਸਾਰੀ ਕਹਾਣੀ ਦੱਸੋ ਜੀ। ਖਰਚਾ ਇਹ ਲਗਭਗ 3.5-4 ਲੱਖ ਰੁਪਇਆ ਆ ਗਿਆ ਜੀ। ਠੀਕ ਹੈ। ਪੂਰਾ ਹਿਸਾਬ ਤਾਂ ਮੈਂ ਵੀ ਨਹੀਂ ਲਾਇਆ, ਜੋ ਸ਼ੌਂਕ ਦੇ ਵਾਲੀ ਗੱਲ ਫਿਰ ਹਿਸਾਬ ਥੋੜ੍ਹੀ ਲੱਗਦੇ ਵੀ। ਉਹ ਤਾਂ ਹੈ ਜੀ। ਹਾਂਜੀ, ਅਤੇ ਕੁਝ ਸਮਾਨ ਤਾਂ ਇਹਦਾ ਜਿਵੇਂ ਪਿਛਲਾ ਹਿੱਸਾ ਹੋ ਗਿਆ, ਫਰੰਟ ਵਾਲਾ ਹੋ ਗਿਆ, ਅਤੇ ਇਹ ਤਾਂ ਲਿਆਂਦਾ ਸੀ ਅਸੀਂ ਪਟਿਆਲੇ ਤੋਂ ਜੀ। ਠੀਕ ਹੈ ਜੀ। ਅਤੇ ਬਾਕੀ ਹੁੱਡ ਵਗੈਰਾ ਅਤੇ ਸਿਸਟਮ ਵਗੈਰਾ ਇਹ ਅਸੀਂ ਰੱਤੀਏ ਤੋਂ ਲੈ ਕੇ ਆਏ ਸੀ। ਠੀਕ ਹੈ। ਅਤੇ ਬਾਕੀ ਇੰਜਨ ਰੀਜਨਲ ਹੈ, ਪੰਪ ਅਸੀਂ ਡਾਇਫਰਮ 'ਤੇ ਹੀ ਹੈ ਸ਼ੁਰੂ ਤੋਂ, ਵਿੱਚ ਕਰਿਆ ਸੀ ADI, ਪਰ ਉਹ ਗੱਲ ਨਹੀਂ ਬਣੀ। ਠੀਕ ਹੈ ਜੀ। ਜਿਵੇਂ 60 ਫਾਰਮ 'ਚ ਆਉਂਦਾ ਉਹ ਬੜਕ ਨਹੀਂ ਬਣਦੀ ਸੀਗੀ, ਬੜਕ ਨਹੀਂ ਬਣਦੀ। ਹਾਂ, ਉਸੇ ਚੱਕਰ 'ਚ ਫਿਰ ਦੁਬਾਰੇ ਡਾਇਫਰਮ ਕਰਿਆ। ਠੀਕ ਹੈ। ਅਤੇ ਜੀ ਇਹ ਸਿਸਟਮ ਸਾਰਾ ਇੱਥੇ ਸਰਸੇ ਹੀ ਤਿਆਰ ਕਰੇ, ਦੀਵਾਨ ਮਿਸਤਰੀ ਹੈ ਜੀ। ਠੀਕ ਹੈ ਜੀ। ਹਾਂਜੀ, ਡੱਬ ਵਾਲੀ ਰੋਡ 'ਤੇ। ਡੱਬ ਵਾਲੀ ਰੋਡ। ਹਾਂਜੀ, ਅਤੇ ਰਜਿੰਦਰ ਪੇਂਟਰ ਤੋਂ ਪੇਂਟ ਹੋਇਆ ਜੀ। ਠੀਕ ਹੈ ਜੀ। ਰੰਗ ਵੀ ਆਪਾਂ ਦੇਖ ਸਕਦੇ ਹਾਂ ਬਹੁਤ ਵਧੀਆ ਰੰਗ ਇਹਦਾ ਪਿਆ ਅਜੇ ਤੱਕ ਵੀ। ਕਿੰਨਾ ਟਾਈਮ ਹੋ ਗਿਆ ਵੀਰ ਜੀ ਤਿਆਰ ਕਰਾਏ ਨੂੰ? ਇਹਨੂੰ ਲਗਭਗ 1 ਸਾਲ ਹੋ ਚੱਲੇ ਜੀ। ਸਾਲ ਤੋਂ ਉੱਤੇ ਤਾਂ ਰੰਗ ਬਿਲਕੁਲ ਉਵੇਂ ਦਾ ਉਵੇਂ ਹੈ ਜਿਵੇਂ ਲਿਸ਼ਕਾ ਮਾਰਦਾ, ਜਿਵੇਂ ਅੱਜ ਏਜੰਸੀ 'ਚੋਂ ਕਢਾਇਆ ਹੋਇਆ। ਅਤੇ ਇਹ 92 ਮਾਡਲ ਟਰੈਕਟਰ ਹੈ ਜੀ, ਫੋਰਡ ਹੈ, ਫੋਰਡ 3600, ਅਤੇ ਇਹਦੀ RC ਵਗੈਰਾ ਵੀ ਵੀਰ ਨੇ ਸਾਂਭ ਕੇ ਰੱਖੀ ਹੋਈ ਹੈ। ਅਤੇ ਆਹ ਸਾਰਾ ਤੁਹਾਨੂੰ ਡਾਕੂਮੈਂਟ ਵਿਖਾਉਣੇ ਆ। ਅਤੇ ਬਹੁਤ ਹੀ ਵੀਰ ਨੇ ਆਪਦੇ ਬਾਪੂ ਜੀ ਦੀ ਯਾਦ ਸਾਂਭ ਕੇ ਰੱਖੀ ਹੋਈ ਹੈ। ਲੋਕ ਤਾਂ ਅੱਜ ਕੱਲ੍ਹ ਬਾਪੂਆਂ ਨੂੰ ਨਹੀਂ ਸਾਂਭਦੇ, ਵੀਰ ਨੇ ਯਾਦ ਸਾਂਭ ਕੇ ਰੱਖੀ ਹੋਈ ਹੈ। ਬਹੁਤ ਹੀ ਵਧੀਆ ਲੱਗਿਆ ਵੀਰ ਨਾਲ ਮਿਲ ਕੇ। ਅਤੇ ਹੁਣ ਆਪਾਂ ਟਰੈਕਟਰ ਬਾਰੇ ਵੀ ਹੋਰ ਜਾਣਕਾਰੀ ਲਵਾਂਗੇ। ਇਹਦੀ ਖਿਚਾਈ ਵਗੈਰਾ ਕਿਵੇਂ ਹੈ ਵੀਰ ਜੀ? ਖਿਚਾਈ ਵੀਰੇ 16 ਦੀਆਂ ਤਵੀਆਂ ਦੇ ਬੁੱਕਦਾ ਤੁਰਿਆ ਆਉਂਦਾ, ਬੁੱਕਦਾ ਤੁਰਿਆ ਆਉਂਦਾ। ਕਦੇ ਐ ਨਹੀਂ ਲੱਗਿਆ ਵੀ ਨਵੇਂ ਟਰੈਕਟਰ ਆ ਗਏ ਇਹਨੂੰ ਨਵੇਂ ਚਲਾਈ ਦੇ ਆ, ਪਰ ਜਿਹੜਾ ਨਜ਼ਾਰਾ ਇੱਥੇ ਆ ਉਹ ਇੱਥੇ ਆ। ਚਲੋ ਵੱਡੇ ਸੰਦ ਨਹੀਂ ਚਲਾਉਂਦਾ, ਪਰ ਜਿੰਨੇ ਜੋਗਾ ਜਿੰਨੀ ਕੁ ਇਹਦੀ ਮਿਆਦ ਹੈ, ਯਾਨੀ ਕਿ ਉਸ ਹਿਸਾਬ ਨਾਲ ਬਹੁਤ ਤਗੜਾ ਹੈ। ਠੀਕ ਹੈ ਜੀ। ਇਹਦੀ ਵੀਰ ਜੀ ਤੁਸੀਂ ਕਟਾਈ, ਇਹਨੂੰ ਪਾਵਰ ਕਿਉਂ ਨਹੀਂ ਕਰਾਇਆ ਤੁਸੀਂ? ਪਾਵਰ ਬਈ ਯਾਰ ਫਿਰ ਫੋੜ ਰਹਿੰਦਾ ਨੀਗਾ, ਅਸਲ 'ਚ ਜੇ ਥੋੜ੍ਹਾ ਜਿਹਾ ਬਾਹਾਂ 'ਚ ਜ਼ੋਰ ਹੋਵੇ ਫਿਰ ਹੀ ਮੁੜਦਾ ਨਾ, ਫਿਰ ਹੀ ਮੁੜਦਾ। ਹਾਂ, ਤਾਂ ਹੀ ਫਾਰਮ 60 ਵਾਲਾ ਹਿੱਸਾ ਤਾਂ ਲਾਤਾ, ਪਰ ਅਸੀਂ ਰੱਖਿਆ ਸਿੰਪਲ ਹੀ ਹੈ। ਹਾਂ, ਤਾਂ ਵੀ ਪਤਾ ਪੁਰਾਣੀ ਯਾਦ ਵੀ ਆਉਣੀ ਚਾਹੀਦੀ ਨਾ, ਕੁਛ ਪੁਰਾਣੀਆਂ ਚੀਜ਼ਾਂ। ਹਾਂ, ਵੀ ਹੁਣ ਐਂ ਤਾਂ ਉਂਗਲ ਨਾਲ ਵੀ ਮੁੜ ਜਾਂਦਾ, ਕਟਾਈ ਤਾਂ ਇਹਦੀ ਬਾਹਲੀ ਰਹਿ ਰਹੀ ਹੈ, ਪਰ ਥੋੜ੍ਹਾ ਜਿਹਾ ਬਾਹਾਂ ਜ਼ੋਰ ਵੀ ਚਾਹੀਦਾ ਨਾ। ਹਾਂ, ਇੱਕ ਤਾਂ ਤੁਸੀਂ ਜ਼ਿਕਰ ਕਰ ਰਹੇ ਸੀ ਇਹ ਭੱਜਦਾ ਬਹੁਤ ਹੈ, ਇਹਦੀ ਕਿੰਨੇ ਤੱਕ ਸਪੀਡ ਤੁਸੀਂ? ਹਾਂਜੀ, 70-80 ਤੱਕ ਔਨ ਰੋਡ ਜਾਂਦਾ। ਮੈਂ ਖੁਦ ਭਜਾ ਕੇ ਦੇਖਿਆ, ਉਂਝ ਲੋਕ ਯਕੀਨ ਤਾਂ ਨਹੀਂ ਕਰਨਗੇ, ਪਰ ਏਰੀਏ ਦੇ ਵਾਲਿਆਂ ਨੂੰ ਪਤਾ ਵੀ ਇੰਨਾ ਬੰਦ ਜਾਂਦਾ ਜਾਂਦਾ ਜਾਂਦਾ। ਜਿਵੇਂ ਹੁਣ ਫਕਾਰਾ, ਜੇ ਆਪਾਂ ਥੋੜ੍ਹਾ ਫਕਾਰਾ ਘਟਾ ਦਿੰਦੇ ਹਾਂ ਡਾਇਫਰਮ ਤੋਂ, ਠੀਕ ਹੈ, ਤਾਂ 19 ਸਪੀਡ 'ਤੇ ਦੁਬਾਰੇ ਜਾਊਗਾ। ਇਹ ਸਿਰਫ ਫਕਾਰੇ ਕਰਕੇ ਸਪੀਡ ਘਟਾ ਰੱਖੀ ਹੈ। ਠੀਕ ਹੈ।
ਹਾਂਜੀ ਤੋ ਸਪੀਡ ਵੀ ਟੋਪ ਕਲਾਸ ਏ ਦੀ ਤੇ ਸਾਰਾ ਕੁਛ ਤਿਆਰ ਕਰਾਏ ਤੋਂ ਬਾਅਦ 70-80 ਦੀ ਸਪੀਡ ਤੱਕ ਇਹ ਟਰੈਕਟਰ ਜਾਂਦਾ ਰਿਹਾ ਹੈ। ਲਾਈਟਾਂ ਦੇ ਮਰਗਾਟ ਆਪਾਂ ਇਹਦੇ ਬਾਹਰੋਂ ਮੰਗਾਏ ਆ, ਵੈਸੇ ਨਾਲ ਤਾਂ ਇਹਦੇ ਗੋਲ ਵਾਲੀਆਂ ਆਉਂਦੀਆਂ ਜੀ, ਪਰ ਉਹ ਅੱਜ ਕੱਲ੍ਹ ਜ਼ਮਾਨੇ ਦੇ ਹਿਸਾਬ ਨਾਲ ਬਦਲਣਾ ਪੈਂਦਾ ਜੀ। ਨਵੇਂ ਟਰੈਂਡ ਦੇ ਹਿਸਾਬ ਨਾਲ ਬਦਲੀਆਂ ਜੀ ਤੁਸੀਂ? ਹਾਂਜੀ, ਇਹ ਮਰਗਾਟ 20,000 ਰੁਪਏ ਦੇ ਇਕੱਲੇ ਮਰਗਾਟ ਆਪਾਂ ਨੂੰ ਮਿਲੇ ਫਰੀਦਾਬਾਦ ਤੋਂ ਮੰਗਾਏ ਆ। ਠੀਕ ਹੈ ਜੀ, ਫਾਰਮ ਟਰੈਕ ਕੰਪਨੀ ਚੋਂ ਹੀ। ਠੀਕ ਹੈ ਜੀ, ਹਾਂਜੀ। ਤੇ ਹੋਰ ਤਾਂ ਨਹੀਂ ਕੁਛ ਚੇਂਜ ਕੀਤਾ ਤੁਸੀਂ ਇਹਦੇ ਵਿੱਚ? ਸਿਰਫ ਫਰੰਟ ਬ੍ਰੇਕਾਂ, ਫਰੰਟ ਹਿੱਸਾ ਤੇ ਬ੍ਰੇਕਾਂ ਦਾ ਚੇਂਜ ਹੋਇਆ ਵਿਆ, ਕਿਉਂਕਿ ਇਹਦੀਆਂ ਬ੍ਰੇਕਾਂ ਵਾਲੀਆਂ ਕਾਮਯਾਬ ਨਹੀਂ ਹੁੰਦੀਆਂ। ਲਿਫਟ ਪੰਪ ਹੁਣ ਤੱਕ ਰੀਨਲ ਸੀਗਾ, ਠੀਕ ਹੈ, ਤੋ ਵੀ ਮੇਰੀ ਗਲਤੀ ਕਰਕੇ ਮੈਨੂੰ ਚੇਂਜ ਕਰਨਾ ਪੈ ਗਿਆ। ਹਾਂਜੀ, ਨਹੀਂ ਤਾਂ ਨਾਲ ਦਾ ਲਿਫਟ ਪੰਪ ਸੀਗਾ। 29 ਸਾਲ ਹੋ ਗਿਆ ਟਰੈਕਟਰ ਨੂੰ। ਹਾਂਜੀ ਹਾਂਜੀ, ਇੰਜਣ ਦਾ ਕੰਮ ਇੱਕ ਵਾਰੀ ਕਰਵਾਇਆ ਜੀ। ਹਾਂਜੀ, ਤੋ ਹੁਣ ਐਲ ਪ੍ਰੈਸ਼ਰ ਜਮਾ ਪੂਰਾ ਜੀ, ਕੋਈ ਕਮੀ ਨਹੀਂ ਕਿਸੇ ਪ੍ਰਕਾਰ ਦੀ। ਠੀਕ ਹੈ, ਪੂਰਾ ਜ਼ੋਰ ਮਾਰਦਾ ਜੀ। ਲਿਫਟ ਗੇਅਰ ਤੇ ਕੋਈ ਕਮੀ ਨਹੀਂ ਗੀ, ਗੇਅਰ ਦਾ ਕੰਮ ਵੀ ਹੁਣ ਕਰਾਇਆ। ਠੀਕ ਹੈ, ਪਹਿਲਾਂ ਕੋਈ ਕਮੀ ਨਹੀਂ, ਅੱਜ ਤੱਕ ਵਾਹ ਕੇ ਦੇਖਿਆ, ਕੋਈ ਚੱਕਰ ਨਹੀਂ ਕਿਸੇ ਗੱਲ ਦਾ, ਕਦੇ ਧੋਖਾ ਨਹੀਂ ਦਿੱਤਾ। ਨਹੀਂ ਦਿੱਤਾ ਜੀ, ਕੁਛ ਲਗਾਵ ਹੋ ਜਾਂਦਾ ਚੀਜ਼ਾਂ ਨਾਲ, ਚੀਜ਼ਾਂ ਦਾ ਪਿਆਰ ਹੋ ਜਾਂਦਾ ਜੀ। ਹੁਣ 2 ਦਿਨ ਮੰਨ ਲਓ ਉੱਥੇ ਧਰਨੇ ਤੇ ਖੜਾ ਰਿਹਾ ਤੇ ਐਂ ਲੱਗਦਾ ਸੀ ਜਿਵੇਂ ਘਰ ਦਾ ਜੀ ਘਰੇ ਹੈ ਨਹੀਂ, ਘਰੇ ਹੈ ਨਹੀਂ। ਸਹੀ ਗੱਲ ਹੈ ਜੀ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਚੀਜ਼ਾਂ ਕਿਵੇਂ ਸਾਂਭ ਕੇ ਅਤੇ ਕਿਵੇਂ ਤੁਸੀਂ ਵੇਚ ਕੇ ਅਤੇ ਫਿਰ ਵਾਪਸ ਲਿਆਏ ਸੀ। ਸੋ ਇੱਦਾਂ ਦਾ ਜਜ਼ਬਾ ਹਰ ਇੱਕ ਜ਼ਿਮੀਂਦਾਰ ਨੂੰ ਜਾਂ ਕਿਸਾਨ ਵੀਰਾਂ ਨੂੰ ਦਿਖਾਉਣਾ ਚਾਹੀਦਾ। ਆਪਾਂ ਨਵੀਂ ਟੈਕਨੋਲੋਜੀ ਵੱਲ ਭੱਜਦੇ ਤਾਂ ਹੈਗੇ ਹਾਂ, ਪਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਵੀ ਸਾਂਭ ਕੇ ਜ਼ਰੂਰ ਰੱਖਣਾ ਚਾਹੀਦਾ। ਅਤੇ ਬਹੁਤ ਵਧੀਆ ਲੱਗਿਆ ਵੀਰ ਜੀ, ਧੰਨਵਾਦ ਬਾਬਾ ਜੀ।